डीसी साहब मैं घंटे तो वेट कर रहा हूं जी, कोई बंदा नहीं आया। सर 4 किलोमीटर पिंड है जी, तुसी क्या एसडीएम आऊगा, एसडीएम कहें तहसीलदार आऊगा, तहसीलदार हूँ कहूगा पटवारी आऊगा, मैं लगता गल कित ना कि ग्राम सेवक तक निबड़ जूगी। सर की हो रहा है, मेरे कहे तो घंटे के प्रशासन संगरूर के जड़ा चो नहीं आ रहा, आम लोगों को मिलता होगा जी, कोई बंदा नहीं आया। मैं 1 घंटे तो वेट करी जाना जी, पुलिस 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 तो हैगी है जी, पुलिस तो मैं उन्होंने कहा पुलिस तो साढ़े बंदे साढ़े कोई वायलेंट नहीं है कंट्रोल च ही ने, पर सानू प्रशासन चाहिए सिविल, उहदे नाल ही तुहानू फोन किया सी उदों दा, मैं तुहानू दुबारे फोन करन लग्गिया, कोई बंदा नहीं आया, प्लीज चैक करो दुबारा। तीन बारी पेटा के कर्मचारी आ गए, अग भी ला जो सोलर में पब्लिक प्रॉपर्टी डैमेज करता, एफ आई आर बन गई डीसी साहब वालों भी बन गई, क्योंकि एम पी लैंड का पैसा तो डीसी साहब एक मिनट जी नहीं तो फिर मैं मेरे वालों भी क्योंकि पब्लिक का पैसा थोड़ा एक मिनट अच्छा तहसीलदार साहब आए ने, मैं इन्होंने सारी डिटेल दसी है, सारे कागज दिते ने, तहसीलदार साहब क्योंकि 29 लाइटा पिछले 2 महीने 10 दिन के लगभग हो गए, 2.25 महीने हो गए उत्थे पईयां ने, क्योंकि यह सत्ताधारी पार्टी के बहुत ही नज़दीकी रिश्तेदार का पिंड है, उहदी जिहड़ी इन्फलुएंस है वो संगरूर जिले च इन्नी है कि लोग डरते ने, वो तो सहमते ने, परचे करा देंगे, अगर उस सहम च उस जबकि असी उस वेले आह कुन्नरा पिंड 10, मंडेर कलां 15, साहोके 15, सारे पिंड लाइटा भेजिया, सारे पिंड च लग गए नहीं, पर लाइटा टुट गई डर गई, मैं इंश्योरेंस देना खिलाफ कार्रवाई नहीं, एफ आई आर बन गई सर, वो पब्लिक प्रॉपर्टी डैमेज होनी है, क्योंकि पब्लिक प्रॉपर्टी होनी है, जेड़े रोकने इतने थोड़ी आने सारा कुछ जानते हैं, गल की कहने अज शुरू हो जाएगी, ਇਹਦਾ ਮਤਲਬ ਮੈਨੂੰ ਹਰੇਕ ਥਾਂ ਜਾ ਕੇ ਮੈਨੂੰ ਸ਼ੁਰੂ ਕਰ ਦਿੱਤਾ ਮੈਂ ਤੁਹਾਨੂੰ ਇੱਕ ਚੀਜ਼ ਕਰੈਕਟ ਕਰਦਾ ਵੀ ਇਹ ਸੈਂਟਰ ਸਰਕਾਰ ਨਹੀਂ ਸੈਂਟਰ ਸਰਕਾਰ ਵਿਖੜੀ ਹੈ ਨਹੀਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸਮਝ ਲਓ ਇਹ ਐਮਪੀ ਫੰਡ ਹੈ ਇਹ ਮੈਂਬਰ ਪਾਰਲੀਮੈਂਟ ਬੀਜੇਪੀ ਦਾ ਪੈਸਾ ਲੋਕਾਂ ਦਾ ਲੋਕਾਂ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੈ, ਮੈਂਬਰ ਪਾਰਲੀਮੈਂਟ ਦੀ ਡਿਸਕ੍ਰਿਪਸ਼ਨ ਹੈ ਜਿੱਥੇ ਮਰਜ਼ੀ ਲਾ ਦੇ, ਜਿੱਥੇ ਤੁਸੀਂ ਕਿਹਾ ਵੀ ਸੈਂਟਰ ਸਰਕਾਰ ਦਾ ਸੈਂਟਰ ਸਰਕਾਰ ਨਾਲ ਸਰਕਾਰ ਹਾਂ ਇਹ ਸੈਂਟਰ ਸਰਕਾਰ ਖੜੀ ਹੋ ਰਹੀ ਆਪਣੇ ਕੋਲੇ ਕੋਈ ਕਹਿ ਰਿਹਾ ਕੋਈ ਕੇਸ ਤਾਂ ਨਹੀਂ ਆ ਨਹੀਂ ਨਹੀਂ ਜੇ ਕੋਈ ਇੱਕ ਮਿੰਟ ਇਹ ਬੰਦੇ ਜਿਹੜਾ ਹੈ ਪਤਾ ਕੀ ਹੈ ਮੈਂ ਇਹਨਾਂ ਤੋਂ ਕੋਈ ਸਹਿਯੋਗ ਮੰਗਣ ਨਹੀਂ ਆਇਆ, ਇਹ ਤਾਂ ਲਾਉਣ ਤਿਆਰ ਨੇ ਦਿੱਕਤ ਇਹ ਕੋਈ ਲੱਗਣ ਨਹੀਂ ਦਿੰਦਾ ਚੈਰੀ ਹੋਰੀ ਸਰਪੰਚ ਨਹੀਂ ਲੱਗਣ ਦਿੰਦਾ तीन बारी पेटा के कर्मचारी मोड़ते उन्होंने कहने असं लगन दिते जी तुम चुप करो जी मैनू एक दिन दो मैं कल तक लगवा कल तक करवा दो तुम शॉर्ट ही लेने जी है जिड़े डैमेज हो गए वो भी कितों लिया
ਮੈਥੋਂ ਮੰਗੋਗੇ ਦੁਬਾਰੇ, ਫਿਰ ਮੈਂ ਦੁਬਾਰੇ ਟੈਂਡਰ ਪਾਊਂਗਾ, ਫਿਰ ਦੁਬਾਰੇ ਪੇਡਾ ਕੋਲ ਜਾਣਗੇ, ਚਾਰ ਮਹੀਨੇ ਬਾਅਦ ਦੁਬਾਰੇ ਆਉਣਗੇ ਸੈਂਟਰ ਤੋਂ ਸਬਸਿਡੀ ਲੈ ਕੇ। ਡੈਮੇਜ ਦਾ ਫਾਈਨ ਕਰੋ ਫਿਰ ਮੈਂਬਰ ਪਾਰਲੀਮੈਂਟ ਨੇ ਆਪਦੀ ਡਿਊਟੀ ਨਿਭਾ ਦੀ, ਪਿੰਡ ਦੇ ਵਿੱਚ ਭੇਜ ਦਿੱਤੀ, ਪਿੰਡ ਦੇ ਵਿੱਚ ਆ ਗਈਆਂ ਸਰਪੰਚ ਕੋਲੇ, ਜਦੋਂ ਇਹਨਾਂ ਕੋਲੋਂ ਪੈਸਾ ਰਿਲੀਜ਼ ਹੋ ਗਿਆ, ਉਹਦਾ ਕਸਟੋਡੀਅਨ ਹੈ ਜਿਹੜਾ ਉਹ ਡਿਪਟੀ ਕਮਿਸ਼ਨਰ ਬਣ ਗਿਆ। ਠੀਕ ਹੈ ਨਾ ਜੀ, ਡਿਪਟੀ ਕਮਿਸ਼ਨਰ ਆਪਦੇ ਘਰੇ ਰਖਾਵੇ, ਡਿਪਟੀ ਕਮਿਸ਼ਨਰ ਸਰਪੰਚ ਦੇ ਘਰੇ ਰਖਾਵੇ, ਤੁਹਾਡੇ ਘਰੇ ਰਖਾਵੇ, ਤੁਹਾਡੀ ਜੋ ਟੁੱਟ ਗਿਆ ਉਹ ਤੁਹਾਡਾ, ਉਹ ਖਰਾਬ ਹੋ ਗਿਆ ਉਹਦੀ ਜ਼ਿੰਮੇਵਾਰੀ ਹੈਗੀ ਡਿਪਟੀ ਕਮਿਸ਼ਨਰ ਦੀ। ਆਪਣੇ ਵੱਲੋਂ ਐਫ ਆਈ ਆਰ ਕਰਾ ਸਕਦੇ ਕਿ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕੀਤਾ ਇਹਨਾਂ ਦੇ ਘਰੇ ਆਪਣੇ ਦਾ। ਕੌਣ ਸਰਪੰਚ ਹੈ? ਆ ਸਾਰਾ ਪਿੰਡ ਗਵਾਹੀ ਦੇਣ ਨੂੰ ਤਿਆਰ ਹੈ, ਮੈਂ ਦੇਣਾ ਗਵਾਹੀ? ਕਿਉਂਕਿ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ, ਮੈਂ ਕਹਿ ਦਿੰਦਾ ਵੀ ਇਹ ਤਾਂ ਸੜਕ ਰੋਕਣ ਨੂੰ ਤਿਆਰ ਨੇ ਉਹ, ਮੈਂ ਵੀ ਨਾਲ ਰੱਖੂੰਗਾ ਕੁਛ ਟਾਈਮ ਤਾਂ ਸਾਨੂੰ ਚਾਹੀਦਾ। ਨਹੀਂ ਮੈਂ ਟਾਈਮ ਦੇ ਦਿੰਦਾ, ਬਟ ਸਾਨੂੰ ਸ਼ੋਰਟੀ ਦਾ ਦਿਓ ਨਾ ਕਿ ਹੋ ਜੂਗਾ ਪਰਸੋਂ ਨੂੰ, ਕੱਲ੍ਹ ਨੂੰ, ਪਰਸੋਂ ਲੈ ਲਓ, ਚਲੋ ਕੱਲ੍ਹ ਛੱਡੋ ਜੀ, ਪਰਸੋਂ ਤੱਕ ਕਿਉਂਕਿ ਚੈਰੀ ਦਾ ਪਿੰਡ ਹੈ, ਦੇਖ ਲਿਓ ਫੋਨ ਆ ਵੀ ਗਿਆ ਹੁਣ ਉੱਥੇ, ਤੁਸੀਂ ਮੈਨੂੰ ਨਹੀਂ ਮੈਨੂੰ ਹੁਣ ਹੀ ਦੱਸੋ, ਨਹੀਂ ਪਬਲਿਕ ਸਾਹਿਬ ਮੈਨੂੰ ਫੋਨ ਕਰ ਲਓ, ਉਹਨੂੰ ਦੱਸੋ ਕਿ ਕਿੰਨੇ ਦਿਨ ਦੇਣੀ ਹੈ ਜੀ, ਸਾਨੂੰ ਟਾਈਮ ਲਿਮਿਟ ਦੇ ਦਿਓ ਇੱਥੇ ਪਬਲਿਕ ਸਾਹਮਣੇ, ਫਿਰ ਤੁਸੀਂ ਉੱਥੇ ਉੱਥੇ ਤੁਹਾਨੂੰ ਫਿਰ ਉਤਰਨਾ ਪਊਗਾ। ਤੁਸੀਂ ਉਹ ਲਾਈਟਾਂ ਨੂੰ ਆਪਣੀ ਕਸਟਡੀ ਦਾ ਦਿਓ ਨਾ, ਹੁਣ ਮੰਡੀ ਜਦੋਂ ਹੁਣ ਗੱਲ ਵੱਧ ਗਈ ਤਾਂ ਹੋ ਸਕਦਾ ਕਿੰਨਾ ਕੁ ਡੈਮੇਜ ਕਰ ਦੇਣਗੇ ਉਹ, ਕਾਰ ਵੇਚਤੀ ਸਾਈ ਫੜ ਲਈ, ਉਹ ਤੋਂ ਬਾਅਦ ਡੈਕ ਕੱਢ ਲੈਣਾ, ਆਪਾਂ ਕਹਿੰਦੇ ਯਾਰ ਜਿਹੜਾ ਵਧੀਆ ਵਧੀਆ ਸਮਾਨ ਖੜ ਲਓ, ਅੱਜ ਤਾਂ ਗੱਲ ਹੀ ਹੋ ਗਈ, ਉਹਨੇ ਸਾਰਾ ਬੰਦ ਦੇਣਾ ਅਧਿਕਾਰੀਆਂ ਨਾਲ ਜਿਹੜੀ ਗੱਲ ਹੋਈ ਆ ਉਹਦੇ ਮੁਤਾਬਕ ਇਹ ਥੋੜ੍ਹਾ ਜਿਹਾ ਨਤੀਜਾ ਨਿਕਲਿਆ ਕਿ ਪੇਡਾ ਵਾਲੇ ਜਿਹੜੀ ਕੰਪਨੀ ਲਾਈਟਾਂ ਲਾਉਂਦੀ ਹੈ ਉਹ ਅੱਜ ਹੀ ਤੁਹਾਡੇ ਪਿੰਡ ਉੱਥੇ ਆਉਣਗੇ, ਅੱਜ ਹੀ ਲਾਈਟਾਂ ਲੱਗਣੀਆਂ ਸ਼ੁਰੂ ਹੋਣਗੀਆਂ 2 ਦਿਨਾਂ 'ਚ 3 ਦਿਨਾਂ 'ਚ, ਅਸੀਂ ਉੱਥੇ ਮੌਕੇ 'ਤੇ ਜਾ ਕੇ ਹੁਣ ਤਹਿਸੀਲਦਾਰ ਸਾਹਿਬ ਦੋਨੋਂ ਖੜ੍ਹੇ ਨੇ, SHO ਸਾਹਿਬ ਖੜ੍ਹੇ ਨੇ, ਉੱਥੇ ਜਾ ਕੇ ਦੇਖਦੇ ਹਾਂ ਕਿੰਨੀਆਂ ਲਾਈਟਾਂ ਖਰਾਬ ਨੇ ਕਿੰਨੀਆਂ ਸਹੀ ਨੇ।
तहसीलदार साहब की हाजरी के सारे की हाजरी से यह लिखा जाऊगा किनिया सही ने किनिया टुटिया हुई ने टुटिया ने क्यों टुटिया ने किने तोड़िया ने उहदा किहदे ते परचा बनता है ये पुलिस का काम है मैं बाद फॉलो करता रहूँगा जिन्निया वर्किंग कंडीशन ने उन्निया लिख के उन्निया जिहड़ियां लाइटां जिहड़ियां लगनगियां क्योंकि जे आपां इदां ही चले गए उन्होंने 10 तोड़ देनिया ने आपां कि आपां नूं ऐ लगू 10 खराब सी सो इस करके उत्थे मौका देख के जाने ते सानूं उम्मीद है कि प्रशासन जिहड़ा वो अपने किए हुए वादे ते पूरा उतरूगा मैं भी नहीं चाहुंदा कोई मैं कोई कोई असी कानून ज अमन कानून की स्थिति असी कोई खतरे च पाईए सो ये मेरा हजे तक तो रिक्वेस्ट है प्रशासन के किसी होर पिंड चाहे जा ना हो पिंड रोल मॉडल इस गल बना दो तो इमीजिएटली कार्रवाई करनी पेगी सर क्योंकि ये तुम क्वायरी की एस एच ओ साहब की लड़ है जो रिसीविंग है रिसीविंग हरप्रीत सिंह की है जी उन्हें रिसीव कर लिया जी आ समान कला कला लिस्ट लिखी पी है मौके हूँ ये नानावती कमीशन बिठाओ कमीशन बिठाओ आ कली कली नट लिखा हुआ भी इन जिन्नी डैमेज हो गई वास्ते हरप्रीत सिंह जिम्मेवार है तो जिन्होंने पग भरे उन्होंने करो परचा दर्ज कुड़ियां ने खिंच के लाइया ने बैटरी ना सोलर प्लेट ने अग नहीं एसिड उसिड पिया होगा ना चंगा भी नहीं पा सकता
ਇਹੀ ਚੀਜ਼ ਹੈ, ਇਹੀ ਚੀਜ਼ ਕਹਿੰਦੇ ਨੇ ਉਹ ਵੀ ਹੁਣ ਤੁਸੀਂ ਦੇਖ ਲੈ ਜੇ ਕੱਲ੍ਹ ਨੂੰ ਹੁੰਦਾ ਹੈ ਤਾਂ ਜ਼ਿੰਮੇਵਾਰ ਉਹ ਹੈ। ਸ਼ੁਰੂਆਤ ਕਰਾਓ, ਠੀਕ ਹੈ ਆਪਾਂ ਦੋ ਦਿਨ ਲੈ ਲਓ, ਤਿੰਨ ਦਿਨ ਲੈ ਲੋਕ, ਪਰ ਸ਼ੁਰੂਆਤ ਤਾਂ ਕਿ ਥੋੜ੍ਹਾ ਜਿਹਾ ਲੱਗੇ ਕਿਹਾ ਕੰਮ ਸ਼ੁਰੂ। ਉਹ ਕਾਲ ਸਿੜੀ ਗਏ ਨੇ, ਮੇਰੀ ਗੱਲ ਹੋਈ ਹੈ, ਮੈਂ ਵੀ ਰਸਤੇ 'ਚ ਉਹਨਾਂ ਨਾਲ ਗੱਲ ਕਰਦਾ ਕਿਉਂਕਿ ਮੈਂ ਇੱਕ ਲੱਗਣ ਵਾਲੀਆਂ ਜੀ।